बस बेटा जी गलती की भुगतूगा और कुछ नहीं चाहिए मेनू ठीक है जी। ਤਾਨੂੰ ਕੀ ਪਤਾ ਲੱਗਿਆ ਜੀ ਤੁਹਾਡੇ ਬੇਟੇ ਦਾ ਮੁੱਸੇ ਜਦੋਂ ਪੁਲਿਸ ਆਣ ਲੱਗੀ ਸਾਨੂੰ ਉਦੋਂ ਪਤਾ ਲੱਗਿਆ ਜੀ ਤੁਹਾਡੇ ਘਰੇ ਰਹਿ ਰਹੇ ਸੀ ਬੇਟਾ ਤੁਹਾਡਾ ਨਾ ਜੀ ਕਿੰਨੇ ਚਿਰਾਂ ਤੋਂ ਉਹ 23 ਤਰੀਕ ਨੂੰ ਗਿਆ ਹੈਗਾ ਇੱਥੋਂ ਅੱਗੇ ਸਾਥ ਹਾਂ ਠੀਕ ਹੈ 22 ਤਰੀਕ ਨੂੰ ਆਇਆ ਉਹ ਉੱਥੋਂ 23 ਤਰੀਕ ਨੂੰ ਫਿਰ ਚਲਾ ਗਿਆ ਉਹ ਹੁਣ ਤੁਹਾਡੇ ਨਾਲ ਰਹਿ ਰਹੇ ਸੀ ਨਹੀਂ ਅੰਦ ਕਹੀ ਤਾਂ ਜਾਂ ਨੇਕ ਦਿਨ ਆਂਦਾ ਸੀ ਦੂਜੇ ਦਿਨ ਚਲਾ ਜਾਂਦਾ ਸੀ ਸਾਡੇ ਨਾਲ ਕਿੱਥੇ ਰਹਿੰਦਾ ਸੀ ਤੁਸੀਂ ਬੇਦਖਲ ਕੀਤਾ ਜੀ ਹਾਂਜੀ ਕਿੰਨੇ ਚਿਰਾਂ ਤੋਂ ਚੋ ਅਸੀਂ ਚੌਥੇ ਮਹੀਨੇ 26 ਤਰੀਕ ਨੂੰ ਕਰਾਇਆ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਸੀ ਹਾਂਜੀ ਜਦੋਂ ਕੁਝ ਲਿਆ ਕੇ ਨਹੀਂ ਦੇਣਾ ਫਿਰ ਅਸੀਂ ਉਹਦਾ ਕੀ ਕਰਾਣਾ ਸੀਗਾ ਕੀ ਮੰਗ ਕੀ ਕਰਦੇ ਹੋ ਤੁਸੀਂ ਪੁਲਿਸ ਅਸੀਂ ਮੰਗ ਕੀ ਕਰਨੀ ਹੈ ਬਸ ਜੋ ਸਰਕਾਰ ਕਰੂਗੀ ਉਹ ਠੀਕ ਹੈ ਉਹਦਾ ਮਾਪਿਓ ਕਰੇਗਾ ਕੀ ਕਹਿੰਦੇ ਬੇਟਾ ਜਿਹੜਾ ਤੁਹਾਡੇ ਭਰਾ ਨਾਲ ਹੋਇਆ ਉਹਦਾ ਕਿਸੇ ਗੋਲੀ ਕਾਰ ਤੁਹਾਡਾ ਭਰਾ ਦਾ ਨਾਮ ਆ ਰਿਹਾ ਕੀ ਕਹਿੰਦੇ ਬਾਰੇ ਸਾਨੂੰ ਨਹੀਂ ਪਤਾ ਸਰ ਵੀ ਉਹ ਕਿੱਥੇ ਸੀਗਾ ਕਿੱਥੇ ਨਹੀਂ ਕਿੱਥੇ ਹੈਗਾ ਇਸ ਟਾਈਮ ਠੀਕ ਹੈ ਜੋ ਵੀ ਜੇ ਉਹਨੇ ਕੁਝ ਕੀਤਾ ਹੈ ਕੋਈ ਗੁਨਾਹ ਕੀਤਾ ਹੈ ਕੋਈ ਗੋਲੀ ਚਲਾਈ ਹੈ ਜਾਂ ਕੋਈ ਰੇਕੀ ਕੀਤੀ ਜੋ ਮਰਜ਼ੀ ਕੀਤਾ ਹੋਵੇ ਉਹਨੇ ਠੀਕ ਹੈ ਉਹਨੂੰ ਜੋ ਬਣਦੀ ਸਜ਼ਾ ਉਹਦੀ ਉਹ ਦੇਣ ਪੁਲਿਸ ਵਾਲੇ ਦੇਣ ਸਰਕਾਰ ਦੇਵੇ ਜੋ ਮਰਜ਼ੀ ਦੇਵੇ ਚਾਹੇ ਸਿੱਧੂ ਮੂਸੇ ਵਾਲੇ ਦੇ ਘਰ ਵਾਲੇ ਦੇਣ ਠੀਕ ਹੈ ਪਰ ਸਾਨੂੰ ਪੁਲਿਸ ਨਾ ਤੰਗ ਕਰੇ ਅਸੀਂ ਇੱਥੇ ਆਪਣੇ ਘਰ ਦੇ ਵਿੱਚ ਆਪਣੇ ਰੁਜ਼ਗਾਰ ਲਈ ਆਪ ਹੀ ਕਮਾਉਣਾ ਹੁੰਦਾ ਆਪ ਹੀ ਖਾਣਾ ਉਹਨੇ ਅੱਜ ਤੱਕ ਇੱਥੇ ਕੋਈ ਪੰਜੀ ਨਹੀਂ ਦਿੱਤੀ ਸਾਨੂੰ ਲਿਆ ਕੇ ਠੀਕ ਹੈ ਅਤੇ ਹੁਣ ਤਾਂ ਉਹਦਾ ਬਸ ਐਂ ਮੰਨ ਕੇ ਚੱਲੋ ਹੁਣ ਤਾਂ ਉਹ ਇੱਥੇ ਆ ਵੀ ਨਹੀਂ ਸਕਦਾ ਇਸ ਏਰੀਏ 'ਚ ਵੀ ਨਹੀਂ ਵੜ ਸਕਦਾ ਗਾ ਹੁਣ ਤੁਸੀਂ ਬੇਦਖਲ ਕੀਤਾ ਹੈ ਅਸੀਂ ਉਹਨੂੰ ਬੇਦਖਲ ਕਰਾ ਰੱਖਿਆ ਜੀ ਕਿੰਨੇ ਦਿਨਾਂ ਤੋਂ ਦੋ ਮਹੀਨਿਆਂ ਤੋਂ ਕਿਉਂ ਬੇਦਖਲ ਕਿਉਂ ਕਰਾ ਰੱਖਿਆ ਜਿਹਨੇ ਘਰ ਦੇ ਵਿੱਚ ਆ ਕੇ ਇਹ ਨਹੀਂ ਪੁੱਛਣਾ ਆਪਣੀ ਮਾਂ ਨੂੰ ਵੀ ਮੰਮੀ ਤੂੰ ਠੀਕ ਹੈ ਨਹੀਂ ਠੀਕ ਹੈਗੀ ਹੈ ਵੀ ਤੂੰ ਕੁਛ ਖਾਏਂਗੀ ਤੈਨੂੰ ਕੁਛ ਲਿਆਦਾ ਨਹੀਂ ਕੋਈ ਮਤਲਬ ਹੀ ਨਹੀਂ ਹੈਗਾ ਫਿਰ ਉਹ ਜੇ ਬੱਚੇ ਦਾ ਕਰਨਾ ਵੀ ਕੀ ਹੈ ਇਹ ਔਲਾਦ ਇੰਨੀ ਮਾੜੀ ਹੁੰਦੀ ਹੈ ਨਾ ਤਾਂ ਮੈਂ ਕਹਿੰਦੀ ਹਾਂ ਬੇਔਲਾਦ ਬੰਦਾ ਠੀਕ ਰਹਿੰਦਾ ਹੈਗਾ ਕੀ ਕੰਮ ਕੀ ਕਰਦਾ ਸੀ ਤੁਹਾਡਾ ਭਰਾ ਇਹ ਉਹ ਪਹਿਲਾਂ ਤਾਂ ਕਿਤੇ ਲੱਗਿਆ ਹੋਇਆ ਸੀ ਫਿਰ ਕੱਪੜੇ ਕੁਪੜੇ ਵਾਲਾ ਕੰਮ ਲੱਗ ਗਿਆ ਅੱਜ ਤੋਂ ਲਾਲੀ ਮੋੜ ਵਾਲਾ ਕੰਮ ਹੋਇਆ ਹੈਗਾ ਉਹ ਤੋਂ ਆਹ ਗੋਲੀ ਗੋਲੀ ਚੱਲੀ ਸੀ ਜੀ ਇੱਧਰ ਕਿੰਨੇ ਉਹਨੇ ਚਲਾਈ ਸੀ ਤੁਹਾਡੇ ਪੁਰਾਣੇ ਪਤਾ ਨਹੀਂ ਜੀ ਮੈਨੂੰ ਅੱਛਾ ਉਸ ਕੇਸ 'ਚ ਵੀ ਸੀ ਉਸ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਕਿਤੇ ਚੰਡੀਗੜ੍ਹ ਰਹਿ ਰਹੇ ਸੀ ਹਾਂਜੀ ਹੁਣ ਚੰਡੀਗੜ੍ਹ ਰਹਿ ਰਹੇ ਸੀ